ਤਰਨਤਾਰਨ ਹਲਕੇ ਦੇ ਪਿੰਡ ਮੀਆਂਪੁਰ 'ਚ ਅੰਮ੍ਰਿਤਪਾਲ ਸਿੰਘ ਬਾਠ ਦੀ ਮਾਤਾ ਬੀਬੀ ਮਨਜੀਤ ਕੌਰ ਨੇ ਆਪਣੇ ਵਿਰੋਧੀ ਉਮੀਦਵਾਰ ਨੂੰ 500 ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕਰ ਲਈ। ਚੋਣ ਜਿੱਤਣ ਦੀ ਖੁਸ਼ੀ 'ਚ ਅੰਮ੍ਰਿਤਪਾਲ ਸਿੰਘ ਬਾਠ ਦੇ ਘਰ ਵਧਾਈ ਦੇਣ ਵਾਲਿਆਂ ਦੀ ਵੱਡੀ ਭੀੜ ਉਮੜ ਗਈ, ਜਿਸ ਮੌਕੇ ਅੰਮ੍ਰਿਤਪਾਲ ਸਿੰਘ ਬਾਠ ਅਤੇ ਉਸਦੇ ਭਰਾ ਸ਼ੇਰੇ ਨੇ ਵੋਟਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ, ਜਿਹੜੀ ਜ਼ਿੰਮੇਵਾਰੀ ਪਿੰਡ ਵਾਸੀਆਂ ਸਾਨੂੰ ਦਿੱਤੀ ਉਸ ਨੂੰ ਤਨਦੇਹੀ ਨਾਲ ਨਿਭਾਵਾਂਗੇ ਅਤੇ ਪਿੰਡ ਦਾ ਸਰਵਪੱਖੀ ਵਿਕਾਸ ਕਰਾਵਾਂਗੇ। ਹਾਂਜੀ, ਮੈਂ ਬਹੁਤ ਜ਼ਿਆਦਾ ਆਪਣੇ ਪਿੰਡ ਦਾ ਧੰਨਵਾਦ ਕਰਨਾ ਚਾਹੁੰਦਾ ਵਾਂ ਅਤੇ ਜਿਹੜਾ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਵਾਂ ਜਿਹਨਾਂ ਮੈਨੂੰ ਇੰਨੀ ਵੋਟ ਦੀ ਲੀਡ ਨਾਲ ਜਿਤਾਇਆ। ਪੂਰੀ ਨਿਭਾਊਂਗਾ, ਪੂਰੀ ਸਦਾ ਇਹਨਾਂ ਦੇ ਨਾਲ ਆ, ਮਾੜੇ ਵੇਲੇ 'ਚ ਚੰਗੇ ਵੇਲੇ 'ਚ ਇਹਨਾਂ ਦੇ ਨਾਲ ਆ, ਸਦਾ ਪਿੰਡ ਦੇ ਨਾਲ ਆ, ਜਾਣ ਹਾਜ਼ਰ ਆ। ਜਿੱਤ ਕੇ ਆਪਾਂ ਸਾਰਾ ਪਿੰਡ ਦਾ ਵਿਕਾਸ ਕਰਾਵਾਂਗੇ, ਕਿਸੇ ਵੀ ਪੱਖੋਂ ਪਿੰਡ ਨੂੰ ਵਾਂਝਾ ਨਹੀਂ ਰਹਿਣ ਦੇਵਾਂਗੇ। ਬਹੁਤ ਹੀ ਬੜੀ ਮਹਾਰਾਜ ਨੇ ਕਿਰਪਾ ਕੀਤੀ ਆਪਣੀ 26 ਸਾਲ ਦੀ, 26 ਪਿੰਡ ਨੇ ਬਹੁਤ ਇਸ ਟਾਈਮ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਕਰ ਰਿਹਾ ਹੈ। ਮੈਂ ਇਸ ਟਾਈਮ ਆਪਣੇ ਸਾਰੇ ਵੋਟਰਾਂ ਦਾ, ਸਪੋਰਟਰਾਂ ਦਾ, ਵੀਰਾਂ ਦਾ, ਭੈਣਾਂ ਦਾ, ਭਰਾਵਾਂ ਦਾ ਬਹੁਤ ਬਹੁਤ ਜ਼ਿਆਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿੰਨਾ ਸਾਨੂੰ ਇੰਨੀ ਲੀਡ 'ਤੇ ਜਿਤਾਇਆ। ਮੈਂ ਗੁਰਵਿੰਦਰ ਸਿੰਘ, ਅੰਮ੍ਰਿਤਪਾਲ ਦਾ ਬ੍ਰਦਰ, ਇਸ ਲਈ ਇੱਕ ਵਾਰ ਤੋਂ ਫਿਰ ਬਹੁਤ ਬਹੁਤ ਧੰਨਵਾਦ ਕਰਦਾ ਸਾਰੇ ਵੋਟਰਾਂ ਦਾ। ਬੋਲੇ